ਲੋਕ ਸਭਾ ਸੰਗਰੂਰ ਤੋਂ ਭਗਵੰਤ ਮਾਨ 70,000 ਵੋਟ ਨਾਲ ਅੱਗੇ ਜਾ ਰਹੇ ਨੇ ਅਤੇ ਉਹਨਾਂ ਨਾਲ ਸਾਡੇ ਨਾਲ ਕੁਝ ਲੋਕ ਨੇ ਜਿਹੜੇ ਜਸ਼ਨ ਮਨਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੁੰਦੇ ਭਾਅ ਜੀ? ਸਾਨੂੰ ਬਹੁਤ ਖੁਸ਼ੀ ਹੈ ਜੀ, ਭਗਵੰਤ ਮਾਨ ਜੀ ਸਾਹਿਬ ਜਿੱਤ ਗਏ, ਸਾਡਾ ਬਹੁਤ ਜ਼ੋਰ ਲੱਗਿਆ ਹੋਇਆ ਸੀ ਇਹਨਾਂ ਦਾ। ਕਿੰਨੀ ਵੋਟ ਨਾਲ ਤੁਸੀਂ ਮੰਨਦੇ ਹੋ? ਲੱਖ ਤੋਂ ਉੱਪਰ ਜਾਣਗੇ ਜੀ। ਤੁਸੀਂ ਕੀ ਕਹਿਣਾ? ਅਸੀਂ ਪਹਿਲੀ ਗੱਲ ਤਾਂ ਦਿਲੋਂ ਅਤੇ ਮਨੋਂ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ, ਉਸ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਵੀ ਜਿਹੜੇ 7 ਸਾਲਾਂ ਦਾ ਕੋਈ 8 ਸਾਲਾਂ ਦਾ ਬੱਚਾ ਝਾੜੂ ਫੇਰ ਰਿਹਾ ਸੜਕ 'ਤੇ। ਅਸੀਂ ਸਾਰੇ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ, ਮਾਵਾਂ ਦਾ, ਭੈਣਾਂ ਦਾ, ਭਰਾਵਾਂ ਦਾ, ਜਿਨ੍ਹਾਂ ਨੇ ਇੱਕ ਵਾਰ ਫਿਰ ਝਾੜੂ ਨੂੰ ਜਿਤਿਆ ਕੇ ਲੋਕਾਂ ਦੇ ਸਾਹਮਣੇ ਇੱਕ ਬੂਟਾ ਲਾਤਾ ਪੰਜਾਬ ਦੇ ਆਉਣ ਵਾਲੇ 2022 ਤੱਕ। ਭਗਵੰਤ ਮਾਨ ਪਹਿਲਾਂ ਕਾਫੀ ਵੋਟਾਂ ਨਾਲ ਜਿੱਤੇ ਜੀ, 2 ਲੱਖ ਦੇ ਵੋਟ ਨਾਲ, ਐਤਕੀ ਵੀ ਲੱਗਦਾ ਵੀ ਤੁਹਾਨੂੰ ਕਿੰਨੀ ਵੋਟ ਨਾਲ? ਐਤਕੀ ਵੀ ਪੂਰੀ ਵਧੀਆ ਜਿੱਤ ਹੋਣੀ ਹੈ ਜੀ, 1 ਤੋਂ 1.25 ਲੱਖ ਤੱਕ ਜਿੱਤ ਹੋਣੀ ਹੈ। ਅਤੇ ਬਾਕੀ ਜਿਵੇਂ ਪੰਜਾਬ 13 ਸੀਟਾਂ ਨੇ, ਸਾਡੇ ਸੰਗਰੂਰ ਦੇ ਸਾਨੂੰ ਮਾਣ 'ਤੇ ਇੰਨਾ ਮਾਣ ਹੈ ਭਗਵੰਤ ਮਾਨ 'ਤੇ ਵੀ ਸਾਡਾ ਇਹ 12 ਜਿਹੜੀਆਂ ਬਾਕੀ ਸੀਟਾਂ ਰਹਿ ਗਈਆਂ, ਸਾਡਾ ਇਹ 13-13 ਇਕੱਲਾ ਬਰਾਬਰ ਹੈ, ਸਾਡੇ ਹੱਕਾਂ ਵਾਸਤੇ, ਸਾਡੀਆਂ ਮੰਗਾਂ ਵਾਸਤੇ, ਸਾਡੇ ਦੁੱਖ ਦਰਦ ਦਾ ਸਾਂਝੀ ਹੈ ਬਾਈ। ਤੋਂ ਉੱਤੋਂ ਦੀ ਕੁਛ ਨਹੀਂ ਹੈਗਾ, ਸਭ ਤੋਂ ਸਾਫ਼ ਸੁਥਰੀ ਰਾਜਨੀਤੀ ਕਰਦਾ ਬਾਈ ਭਗਵੰਤ ਮਾਨ। ਇਹ ਸਾਨੂੰ ਭਗਵੰਤ ਮਾਨ ਦੇ ਸਮਰਥਕ ਜਿਨ੍ਹਾਂ ਨੇ ਕਿਹਾ ਇਹ ਪੁਰਾਣਾ ਜਿਹੜਾ ਹੈ ਰਿਕਾਰਡ ਵੀ ਤੋੜਨਗੇ। ਹਜੇ 5 ਰਾਊਂਡ ਬਾਕੀ ਪਏ ਨੇ, ਦੇਖਦੇ ਹਾਂ ਹੁਣ ਭਗਵੰਤ ਮਾਨ ਕਿੰਨੀ ਕੁ ਲੀਡ ਨਾਲ ਜਿੱਤ ਪ੍ਰਾਪਤ ਕਰਦੇ ਨੇ। D5 ਅਨਿਲ ਜੈਨ, ਸੰਗਰੂਰ।